ਪਿਛਲਾ ਸਾਡਾ ਕੁਝ ਪਿਛਲੇ 4 ਕਿਸਾਲ ਸੀ ਨਾ 2018 ਤੋਂ ਬਾਅਦ ਜਦੋਂ ਸਿੱਧੂ ਮੂਸੇ ਵਾਲਾ ਗੇਮ ਦੇ ਵਿੱਚ ਆਇਆ ਤਾਂ ਉਹਨੇ ਇੱਕ ਬਹੁਤ ਹਾਈਪ ਕ੍ਰੀਏਟ ਕਰਤੀ ਪੂਰੀ ਇੰਡਸਟਰੀ ਦੇ ਵਿੱਚ ਕਿਉਂਕਿ ਉਹਦੀਆਂ ਬੀਟਸ ਉਹਦਾ ਲਿਖਣਾ ਉਹਦਾ ਗਾਉਣ ਦਾ ਤਰੀਕਾ ਤੇ ਉਹ ਇੰਟਰਨੈਸ਼ਨਲ ਲੈਵਲ ਤੱਕ ਲੈ ਗਿਆ ਤੇ ਈਵਨ ਕਿ 22 ਦੇ ਜਾਣ ਤੋਂ ਬਾਅਦ ਵੀ ਨਾ ਹੁਣ ਤੁਸੀਂ ਦੇਖੋ ਉਹਦਾ ਕੋਈ ਵੀ ਗਾਣਾ ਵੀ ਲਾਂਚ ਹੁੰਦਾ ਤਾਂ ਉਹ ਵੀ ਬਿਲਬੋਰਡ ਤੇ ਆਇਆ ਪਿਆ ਹੁੰਦਾ ਠੀਕ ਹੈ ਤੇ ਉਹ ਬੇਸ਼ੱਕ ਨਹੀਂ ਉਹ ਉਹਦੇ ਵਿੱਚ ਤੁਸੀਂ ਦੱਸੋ ਕਿ ਜਿਵੇਂ ਹੁਣ ਜਿਹੜੇ ਮੈਂ ਤੁਹਾਡੇ ਗਾਣੇ ਸੁਨੇ ਆ ਮੈਨੂੰ ਸੀਰੀਅਸਲੀ ਤੁਹਾਡੇ ਗਾਣਿਆਂ ਦਾ ਇੱਕ ਲੈਵਲ ਦਿਖਦਾ ਪਰ ਮੈਂ ਜਦੋਂ ਵਿਊਜ਼ ਦੇਖਦਾ ਨਾ ਤਾਂ ਉਦੋਂ ਮੈਨੂੰ ਲੱਗਦਾ ਕਿ ਯਾਰ ਵਾਈ ਨਾਟ ਮਤਲਬ ਪਾਕਿਸਤਾਨੀ ਲੋਕ ਦੇਖ ਕਿਉਂ ਨਹੀਂ ਰਹੇ ਤੇ ਵਿਕਾਸ਼ ਮਤਲਬ ਇਦਾਂ ਦਾ ਕੋਈ ਜਾਦੂ ਹੁੰਦਾ ਕਿ ਹਾਂ ਸਾਰੇ ਲੋਕਾਂ ਤੱਕ ਗਾਣਾ ਪਹੁੰਚੇ ਤੇ ਉਹ ਦੇਖਣ ਹਨਾ ਤੁਸੀਂ ਕਦੇ-ਕਦੇ ਉਹ ਚੀਜ਼ ਫੀਲ ਕਰਦੇ ਹੋ ਕਿ ਅੰਡਰ ਰੇਟਡ ਜਾ ਫੀਲ ਕਰਦੇ ਹੋ ਆਫਕੋਰਸ ਭਾਈ ਇਨ ਸਰਟਨ ਵੇ ਹੋਂਦਾ ਫੀਲ ਲੇਕਿਨ ਦ ਥਿੰਗ ਇਜ਼ ਕੇ ਅਗਰ ਜਸਟ ভিউਸ ਵਾਸਤੇ ਅਸੀਂ ਕਰਦੇ ਹੁੰਦੇ ਤੇ ਬ੍ਰੋ ਇਹ ਤੇ ਪੁੱਠੀ ਟੋਪੀ ਗੈਂਗ ਨੂੰ ਉਧਰ ਰੈਕਗਨੀਸ਼ਨ ਕੋ 2-3 ਸਾਲ ਪਹਿਲੇ ਮਿਲੀ ਹੈ ਠੀਕ ਹੈ ਉਸ ਤੋਂ ਪਹਿਲੇ ਤੇ ਕੋਈ ਜਾਣਦਾ ਨਹੀਂ ਸੀ ਸਾਡੇ 4 ਸਾਲ ਕੇ 5 ਸਾਲ ਤੇ ਸਾਡੇ ਜਸਟ 2200 ਸਬਸਕ੍ਰਾਈਬਰ ਸੀ ਠੀਕ ਹੈ ਸੋ ਯਾ ਸੋ ਇਟ ਵਾਸ ਨੈਵਰ ਅਬਾਊਟ ਕੇ ਮਤਲਬ ਸਾਨੂੰ ਵਿਊਜ਼ ਹੀ ਚਾਹੀਦੇ ਆ ਠੀਕ ਹੈ ਲੇਕਿਨ ਆਫ ਕੌਰਸ ਯਾ ਜਦ ਤੁਸੀਂ ਇੱਕ ਚੀਜ਼ ਨੂੰ ਟਾਈਮ ਦਿੱਤਾ ਹੁੰਦਾ ਤੇ ਤੁਸੀਂ ਇੱਕ ਮਿਹਨਤ ਕੀਤੀ ਹੁੰਦੀ ਇੱਕ ਜਰਨੀ ਆਉਂਦੀ ਹੈ ਲਰਨਿੰਗ ਮਤਲਬ ਕੰਟੀਨਿਊਸਲੀ ਲਰਨਿੰਗ ਪ੍ਰੋਸੈਸ ਚੱਲ ਰਿਹਾ ਹੁੰਦਾ ਪੈਸਾ ਇਨਵੋਲਵ ਹੁੰਦਾ ਤੁਹਾਡੀ ਮਿਹਨਤ ਹੁੰਦੀ ਐਵਰੀਥਿੰਗ ਤੇ ਫਿਰ ਉਸ ਤੋਂ ਬਾਅਦ ਯੂ ਫੀਲ ਲਾਈਕ ਯਾਰ ਮੈਂ ਵੀ ਕੰਮ ਕਰ ਰਿਹਾ ਮੇਰਾ ਵੀ ਕੰਮ ਕਿਸੇ ਤੋਂ ਘੱਟ ਨਹੀਂ ਹੈ ਬਿਲਕੁਲ ਕਿਸੇ ਸਵੇਚ ਵੀ ਘੱਟ ਨਹੀਂ ਹੈ ਠੀਕ ਹੈ ਤੇ I we also deserve that. kisanu we recognition, Labbe, so ਅ ਦੂਸਰੇ ਆਰਟਿਸਟਾਂ ਨੂੰ ਜਿਨ੍ਹਾਂ ਨੂੰ ਵੱਡੇ ਲੋਕ ਕਹਿੰਦੇ ਆ ਉਹਨਾਂ ਨੂੰ ਮਿਲੇ ਉਸ ਤਰ੍ਹਾਂ ਸਾਲ ਹੋ ਗਿਆ ਰੈਗਨਿਸ਼ਨ ਮਿਲੇ ਲੇਕਿਨ ਇਟਸ ਨਾਟ ਲਾਈਕ ਕੇ ਮੇਨ ਪਰਪਸ ਇਹ ਆ ਕਿ ਉਹਦੇ ਵਾਸਤੇ ਅਸੀਂ ਕਰ ਰਹੇ ਆ ਵੀ ਡੂ 뮤직 ਬਿਕਾਜ਼ ਵੀ ਲਾਈਕ ਟੂ ਡੂ 뮤직 ਵੀ ਲਵ ਟੂ ਟੂ 뮤직 ਸੋ ਆਪਣਾ ਮਨ ਆਪਣਾ ਮਨ ਰਾਜ਼ੀ ਪਹਿਲੇ ਹੁੰਦਾ ਤੇ ਉਸ ਤੋਂ ਬਾਅਦ ਕੋਈ ਇਨਸਾਨ ਲਾਲਚੜ ਐਲੀਮੈਂਟ ਬੰਦੇ ਦਾ ਆਂਦਾ ਕਿ ਇਨਸਾਨ ਆ ਹੁੰਦਾ ਲੇਕਿਨ ਇਟਸ ਸਾਡੀ ਪਹਿਲੀ ਪ੍ਰਾਇੋਰਟੀ ਨਹੀਂ ਹੈ ਇਸ وجہ ਦੇ ਨਾਲ ਕਰਕੇ ਅਸੀਂ ਬਸ ਲੱਗੇ ਰਹਿੰਦੇ ਆ ਯਾ ਅੱਛਾ